ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਅਤੇ ਤਿੰਨ ਕੁੰਡੇ ਵੱਧ। ਇਹ ਡਿਜ਼ਾਇਨ ਸ਼ੁਰੂ ਸਿੱਧੀ ਸਾਈਡ ਤੋਂ ਹੁੰਦਾ। ਜਿਹੜੀ ਇਹ ਪਹਿਲੀ ਸਿਲਾਈ ਹੈ ਇਹ ਸਿਰਫ ਆਪਾਂ ਡਿਜ਼ਾਇਨ 'ਚ ਇੱਕ ਵਾਰ ਹੀ ਪਾਉਣੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਬਾਕੀ ਡਿਜ਼ਾਇਨ ਉਲਟੀ ਸਾਈਡ ਤੋਂ ਸਟਾਰਟ ਹੋਊਗਾ। ਚਲੋ ਜੀ ਸ਼ੁਰੂ ਕਰਦੇ ਹਾਂ ਆਪਾਂ ਡਿਜ਼ਾਇਨ ਬਣਾਉਣਾ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਮੈਂ ਸਿਲਾਈ ਉੱਪਰ 15 ਕੁੰਡੇ ਲਏ ਨੇ, 4 ਤੀਏ 12 ਅਤੇ 3 ਕੁੰਡੇ ਵੱਧ। ਪਹਿਲਾ ਕੁੰਡਾ ਬੁਣੋ ਚਾਹੇ ਬਿਨਾਂ ਬੁਣਿਆ ਉਤਾਰੋ, ਇਹ ਤੁਹਾਡੀ ਆਪਣੀ ਮਰਜ਼ੀ ਹੈ, ਪਰ ਮੈਂ ਇਸਨੂੰ ਉਲਟਾ ਬੁਣੂੰਗੀ। ਇਹ ਤੋਂ ਆਪਣਾ ਡਿਜ਼ਾਇਨ ਸ਼ੁਰੂ ਹੁੰਦਾ ਹੈ, 3 ਕੁੰਡੇ ਉਲਟੇ, 1 2 3। ਧਾਗਾ ਆਪਣੀ ਸਾਈਡ ਹੀ ਰੱਖਾਂਗੇ, ਕੁੰਡੇ ਨੂੰ ਬਿਨਾਂ ਬੁਣੇ ਉਤਾਰਾਂਗੇ। 3 ਕੁੰਡੇ ਅੱਗੇ ਉਲਟੇ, 1 2 3। ਇੱਕ ਕੁੰਡਾ ਬਿਨਾਂ ਬੁਣੇ ਉਤਾਰਾਂਗੇ, 3 ਕੁੰਡੇ ਉਲਟੇ, 1 2 3। ਇੱਕ ਕੁੰਡਾ ਬਿਨਾਂ ਬੁਣੇ ਉਤਾਰਾਂਗੇ, ਲਾਸਟ ਦਾ ਕੁੰਡਾ ਛੱਡ ਕੇ ਜਿਹੜੇ ਅੱਗੇ ਵਾਲਾ ਕੁੰਡਾ ਡਿਜ਼ਾਇਨ ਦਾ ਇਹ ਉਲਟਾ ਬੁਣਾਂਗੇ। ਲਾਸਟ ਵਾਲਾ ਕੁੰਡਾ ਤੁਸੀਂ ਸਿੱਧਾ ਵੀ ਬੁਣ ਸਕਦੇ ਹੋ, ਬਿਨਾਂ ਬੁਣੇ ਵੀ ਉਤਾਰ ਸਕਦੇ, ਪਰ ਮੈਂ ਇਸਨੂੰ ਉਲਟੇ ਹੀ ਬੁਣੂੰਗੀ। ਇਹ ਸਿਲਾਈ ਸਿਰਫ ਜਦੋਂ ਆਪਣੇ ਡਿਜ਼ਾਇਨ ਸ਼ੁਰੂ ਕਰਨਾ ਬਾਰਡਰ ਤੋਂ ਬਾਅਦ ਉਦੋਂ ਇੱਕ ਵਾਰ ਹੀ ਬਣਾਉਣੀ ਆ, ਬਾਅਦ ਵਿੱਚ ਨਹੀਂ ਬਣਾਉਣੀ। ਇਸ ਜਗ੍ਹਾ ਤੋਂ ਆਪਣਾ ਡਿਜ਼ਾਇਨ ਸ਼ੁਰੂ ਹੋਊਗਾ, ਪਹਿਲੀ ਸਿਲਾਈ ਉਲਟੀ ਸਾਈਡ ਤੋਂ, ਸਾਰੀ ਸਿਲਾਈ ਉਲਟੀ ਬਣਾਂਗੇ। ਦੂਸਰੀ ਸਿਲਾਈ, ਪਹਿਲਾ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਲਾਸਟ ਕੁੰਡੇ ਨੂੰ ਛੱਡ ਕੇ ਬਾਕੀ ਸਾਰੀ ਸਿਲਾਈ ਸਿੱਧੀ ਬੁਣ ਕੇ ਕੰਪਲੀਟ ਕਰਾਂਗੇ। ਲਾਸਟ ਦਾ ਕੁੰਡਾ ਉਲਟਾ। ਤੀਸਰੀ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਜਿਹੜੀਆਂ 3 ਸਿਲਾਈਆਂ ਨੇ ਆਪਣੇ ਉਲਟੀਆਂ ਸਿੱਧੀਆਂ ਬਣਾਉਣੀਆਂ ਨੇ। ਚੌਥੀ ਸਿਲਾਈ ਵੱਲ ਖਾਸ ਧਿਆਨ ਦਿਓ। ਪਹਿਲਾ ਕੁੰਡਾ ਉਲਟਾ ਬਣਾਂਗੇ। ਇਹ 3 ਕੁੰਡੇ ਆਪਣੇ ਉਲਟੇ ਬੁਣੇ ਸੀ, ਇਹਨਾਂ 'ਚੋਂ ਪਹਿਲਾ ਵਾਲਾ ਕੁੰਡਾ ਉਲਟਾ, ਜਿਹੜਾ ਇਹ ਵਿਚਕਾਰ ਵਾਲਾ ਕੁੰਡਾ, ਤੀਸਰਾ ਨੀਚੋਂ ਇਹ ਤੀਸਰਾ ਵਿਚਕਾਰ ਵਾਲਾ ਕੁੰਡਾ, ਇਸ ਨੂੰ ਬਿਨ ਬੁਣਿਆ ਉਤਾਰਾਂਗੇ। ਇੱਕ ਕੁੰਡਾ ਉਲਟਾ ਬੁਣਾਂਗੇ ਅਤੇ ਜਿਹੜਾ ਇਹ ਆਪਣੇ ਬਿਨ ਬੁਣਿਆ ਉਤਾਰਿਆ ਸੀ ਕੁੰਡਾ, ਇਹਦੇ ਅੱਗੇ ਜਿਹੜਾ ਧਾਗਾ ਸੀ ਇਸ ਨੂੰ ਇਸ ਤਰ੍ਹਾਂ ਇਸ ਸਿਲਾਈ 'ਚ ਲਵਾਂਗੇ ਅਤੇ 2 ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਇੱਕ ਕੁੰਡਾ ਆਪਣੇ ਕੋਲ ਇਹ ਉਲਟਾ ਹੋ ਗਿਆ, 1 ਇਹ ਅਤੇ 1 ਕੁੰਡਾ ਉਲਟਾ, 3 ਕੁੰਡੇ ਉਲਟੇ ਹੋ ਗਏ। ਇੱਕ ਕੁੰਡਾ ਬਿਨਾਂ ਬੁਣੇ ਉਤਾਰਾਂਗੇ, 1 ਕੁੰਡਾ ਉਲਟਾ ਬੁਣਾਂਗੇ। ਦੂਸਰੇ ਉਲਟੇ ਕੁੰਡੇ ਨਾਲ ਇਹ ਵਾਲਾ ਧਾਗਾ ਹੈ ਸਿਲਾਈ ਉੱਪਰ ਤੋਂ ਨੀਚੇ ਨੂੰ ਲੈ ਕੇ ਆਉਣੀ ਹੈ ਅਤੇ ਇਸ ਤਰ੍ਹਾਂ ਇਹਦੇ 'ਚ ਪਾਉਣੀ ਹੈ ਅਤੇ 2 ਕੁੰਡੇ ਦਾ 1 ਕੁੰਡਾ ਕਰਾਂਗੇ, 1 ਕੁੰਡਾ ਉਲਟਾ। ਜਾਣੀ ਕਿ ਆਪਣੇ ਕੋਲ 3 ਕੁੰਡੇ ਉਲਟੇ ਹੋ ਕੇ 1 ਕੁੰਡਾ ਬਿਨਾਂ ਬੁਣੇ ਉਤਾਰਾਂਗੇ, 1 ਕੁੰਡਾ ਉਲਟਾ। ਦੂਸਰੇ ਉਲਟੇ ਕੁੰਡੇ ਨਾਲ ਆਪਾਂ ਇਹ ਵਾਲਾ ਧਾਗਾ ਲਵਾਂਗੇ, 2 3, 3 ਕੁੰਡੇ ਉਲਟੇ ਹੋ ਗਏ ਅਤੇ ਲਾਸਟ ਦਾ ਕੁੰਡਾ ਉਲਟਾ। 4 ਸਿਲਾਈਆਂ ਡਿਜ਼ਾਇਨ ਦੀਆਂ ਕੰਪਲੀਟ ਹੋ ਗਈਆਂ। ਪੰਜਵੀਂ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਸੇਮੀ ਸਿਲਾਈ, ਪਹਿਲਾ ਕੁੰਡਾ ਉਲਟਾ ਬੁਣਾਂਗੇ, ਧਾਗਾ ਦੂਸਰੀ ਸਾਈਡ, ਸਾਰੀ ਸਿਲਾਈ ਸਿੱਧੀ ਬੁਣ ਕੇ ਕੰਪਲੀਟ ਕਰਾਂਗੇ। ਲਾਸਟ ਦਾ ਕੁੰਡਾ ਉਲਟਾ ਬੁਣਾਂਗੇ। 7ਵੀਂ ਸਿਲਾਈ, ਸਾਰੀ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਇੱਕ ਡਿਜ਼ਾਇਨ
ਚੌਥੀ ਸਿਲਾਈ 'ਚ ਪੈਂਦਾ ਅਤੇ ਇੱਕ ਚੌ ਅੱਠਵੀਂ 'ਚ, ਚਾਰ ਤਿੰਨ ਸਿਲਾਈਆਂ ਪਲੇਨ ਬੁਣੀਆਂ ਜਾਂਦੀਆਂ ਨੇ ਵਿੱਚ। ਅੱਠਵੀਂ ਸਿਲਾਈ ਸਿੱਧੀ ਸੈਲ, ਦੋ ਕੁੰਡੇ ਆਪਣੇ ਉਲਟੇ ਬੁਣੇ ਸੀ ਪਹਿਲੀ ਵਾਰ, ਹੁਣ ਆਪਾਂ ਬੁਣਾਂਗੇ ਪਹਿਲਾ ਕੁੰਡਾ ਉਲਟਾ। ਇਸ ਇੱਥੋਂ ਡਿਜ਼ਾਇਨ ਸ਼ੁਰੂ ਹੁੰਦਾ, ਇੱਕ ਕੁੰਡਾ ਉਲਟਾ, ਦੂਸਰੇ ਉਲਟੇ ਕੁੰਡੇ ਨਾਲ ਆਪਾਂ ਇਹ ਵਾਲਾ ਜਿਹੜਾ ਇਹ ਧਾਗਾ ਛੱਡਿਆ ਹੋਇਆ ਸੀ ਆਪਣਾ, ਇਸ ਨੂੰ ਲਵਾਂਗੇ, ਦੋ ਕੁੰਡਿਆਂ ਦਾ ਕੁੰਡਾ ਕਰ ਦੇਵਾਂਗੇ। ਦੇਖੋ ਦੂਸਰਾ ਕੁੰਡਾ ਉਲਟਾ ਹੋ ਗਿਆ, ਤੀਸਰਾ ਕੁੰਡਾ ਉਲਟਾ, ਇੱਕ ਕੁੰਡਾ ਬਿਨਾਂ ਬੁਣੇ ਉਤਾਰਾਂਗੇ, ਇੱਕ ਕੁੰਡਾ ਉਲਟਾ, ਇਹ ਵਾਲੀ ਧਾਗੇ ਨੂੰ ਇਸ ਤਰ੍ਹਾਂ ਉਠਾਵਾਂਗੇ, ਦੋ ਤਿੰਨ ਤਿੰਨ ਕੁੰਡੇ ਉਲਟੇ ਹੋ ਗਏ, ਕੁੰਡਾ ਬਿਨਾਂ ਬੁਣੇ ਉਤਾਰਾਂਗੇ, ਇੱਕ ਕੁੰਡਾ ਉਲਟਾ, ਦੂਸਰੇ ਉਲਟੇ ਕੁੰਡੇ ਨਾਲ ਇਹ ਵਾਲਾ ਧਾਗਾ ਉਠਾਵਾਂਗੇ, ਤੀਸਰਾ ਕੁੰਡਾ ਉਲਟਾ, ਅਤੇ ਇੱਕ ਕੁੰਡਾ ਬਿਨਾਂ ਬੁਣੇ ਉਤਾਰਾਂਗੇ, ਲਾਸਟ ਦੇ ਦੋ ਕੁੰਡੇ ਉਲਟੇ। ਇਹ ਦੇਖੋ ਇਸ ਤਰ੍ਹਾਂ ਡੱਬੀ ਬਣ ਕੇ ਤਿਆਰ ਹੋ ਜਾਂਦੀ ਹੈ ਡਿਜ਼ਾਇਨ ਦੀ। ਇਹਨਾਂ ਅੱਠ ਸਿਲਾਈਆਂ ਨੂੰ ਦੇਖੋ ਬੁਣ ਦੇ ਨਾਲ ਆਪਣੇ ਕੋਲ ਇਸ ਤਰ੍ਹਾਂ ਦਾ ਡਿਜ਼ਾਇਨ ਤਿਆਰ ਹੋ ਜਾਂਦਾ। ਇਹਨਾਂ ਅੱਠ ਸਿਲਾਈਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਓ ਅਤੇ ਕਿਸਾਨ ਦਾ ਡਿਜ਼ਾਇਨ ਤਿਆਰ ਕਰਦੇ ਜਾਓ। ਵੀਡੀਓ ਨੂੰ ਲਾਈਕ, ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।